ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਇਹਨੇ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਅੱਜ ਸਰੀ ਦੇ ਨਗਰ ਕੀਰਤਨ ਵਿੱਚ ਅਸੀਂ ਪ੍ਰਤੱਖ ਦੇਖ ਰਹੇ ਹਾਂ। ਦੇਸ਼ਾਂ ਦੇ ਵਿੱਚ ਵੀ ਇਹ ਖਾਲਸੇ ਦੇ ਬੋਲਬਾਲੇ ਦੀ ਅਤੇ ਪੰਜਾਬੀਆਂ ਦੀ ਸ਼ਾਨ ਦੀ ਇੱਕ ਪ੍ਰਤੱਖ ਮਿਸਾਲ ਹੈ। ਸਿੱਖਾਂ ਨੇ ਪੰਜਾਬੀਆਂ ਨੇ ਮੱਲਾਂ ਮਾਰੀਆਂ ਨੇ, ਇਹ ਉਸ ਚੀਜ਼ ਦੀ ਚੜ੍ਹਦੀ ਕਲਾ ਦੀ ਪ੍ਰਤੱਖ ਨਿਸ਼ਾਨੀ ਆ। ਫਸਟ ਨਗਰ ਕੀਰਤਨ ਆਈ ਸਾਡਾ ਅਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਅਤੇ ਨਾਲ ਦੇ ਮੁੰਡਿਆਂ ਨੇ ਦੱਸਿਆ ਸੀਗਾ, ਕਹਿੰਦੇ ਵੀ ਸਾਰਾ ਕੁਛ ਬਹੁਤ ਵਧੀਆ ਹੁੰਦਾ ਵੀ ਅਤੇ ਸਾਰੇ ਮਿਲ ਜੁਲ ਕੇ ਮਨਾਉਂਦੇ ਆ ਸਾਰਾ ਕੁਛ। ਹਾਂਜੀ ਹਾਂਜੀ, ਤੁਹਾਨੂੰ ਕਿਵੇਂ ਲੱਗ ਰਿਹਾ? ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ, ਆਪਾਂ ਜਾਣਦੇ ਸਿੱਖ ਕਮਿਊਨਿਟੀ ਇਕੱਠੀ ਹੁੰਦੀ ਹੈ ਇਸ ਦਿਨ ਜੀ, ਬਾਕੀ ਸਾਰੇ ਜਿਹੜੇ ਆਪਾਂ ਕੰਮਾਂ ਕਰਨ ਦਾ ਜਾਂਦੇ ਹਾਂ, ਕਾਲਜ ਵਗੈਰਾ ਜਾਂਦੇ ਹਾਂ, ਇੱਦਾਂ ਦਿਨ ਸਾਰੇ ਇਕੱਠੇ ਹੋਣੇ ਬਹੁਤ ਵਧੀਆ ਲੱਗਦਾ ਜੀ ਮਿਲ ਕੇ ਇੱਕ ਦੂਜੇ ਨੂੰ। ਤੁਸੀਂ ਵੀ ਸਟੂਡੈਂਟ ਹੋ, ਤੁਸੀਂ ਵੀ ਕਹਿਣਾ ਚਾਹੋਗੇ ਸਾਰੀ ਸੰਗਤ? ਬਹੁਤ ਵਧੀਆ ਲੱਗ ਰਿਹਾ, ਪੰਜਾਬ ਵਰਗੀ ਫੀਲਿੰਗ ਆ ਸਾਰੀ ਉਹ। ਹਾਂਜੀ ਮੈਮ, ਅਤੇ ਬਹੁਤ ਘੱਟ ਸਮਾਂ ਹੁੰਦਾ ਜਦੋਂ ਆਪਾਂ ਇਕੱਠੇ ਹੁੰਦੇ ਹਾਂ ਤਾਂ ਇੱਦਾਂ ਬਹੁਤ ਵਧੀਆ ਲੱਗ ਰਿਹਾ। ਹਾਂਜੀ ਹਾਂਜੀ, ਤੁਸੀਂ ਕੁਛ ਕਹਿਣਾ ਹੋਗੇ? ਬਹੁਤ ਵਧੀਆ ਲੱਗ ਰਿਹਾ ਜੀ, ਅਤੇ ਘੱਟ ਵੱਧ ਮੌਕੇ ਹੀ ਮਿਲਦੇ ਨੇ ਉਰੇ, ਸਾਰੇ ਕੰਮਾਂ ਕਾਰਾਂ 'ਚ ਬਿਜ਼ੀ ਹੁੰਦੇ ਨੇ ਅਤੇ ਘੱਟ ਵੱਧ ਮੌਕੇ ਹੀ ਮਿਲਦੇ ਨੇ ਇੱਦਾਂ ਦੇ, ਅਤੇ ਫਿਰ ਅਤੇ ਅੱਜ ਦਾ ਦਿਨ ਜਿਵੇਂ ਸਪੈਸ਼ਲ, ਤੁਸੀਂ ਸਾਰਿਆਂ ਨੇ ਪ੍ਰੈਸ ਕਰ ਕੁਰ ਕੇ ਕੁੜਤੇ ਪਜਾਮੇ ਪਾਏ, ਹੈ ਨਾ ਜਸ਼ਨ, ਅਤੇ ਫਿਰ ਕਿਵੇਂ ਦਾ ਲੱਗ ਰਿਹਾ? ਅੱਜ ਵੀ ਜਸ਼ਨ ਦਾ ਹੀ ਮੌਕਾ ਸੀਗਾ, ਹੈ ਨਾ, ਅਤੇ ਕੀ ਵਧੀਆ ਲੱਗ ਰਿਹਾ ਫਿਰ? ਹਾਂਜੀ ਬਹੁਤ ਵਧੀਆ ਜੀ, ਸਾਰੇ ਕਿਤੇ ਸੈੱਟ ਆ, ਆਪਦੇ ਨਾਲ ਦੇ ਨਾਲ ਆਏ ਹਾਂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਇਹਨੇ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਅੱਜ ਸਰੀ ਦੇ ਨਗਰ ਕੀਰਤਨ ਵਿੱਚ ਅਸੀਂ ਪ੍ਰਤੱਖ ਦੇਖ ਰਹੇ ਹਾਂ। ਪੰਜਾਬ ਦੇ ਵਿੱਚ ਤਾਂ ਹੈ ਹੀ ਸੀ ਖਾਲਸੇ ਦਾ ਬੋਲਬਾਲਾ, ਅਤੇ ਵਿਦੇਸ਼ਾਂ ਦੇ ਵਿੱਚ ਵੀ ਇਹ ਖਾਲਸੇ ਦੇ ਬੋਲਬਾਲੇ ਦੀ ਅਤੇ ਪੰਜਾਬੀਆਂ ਦੀ ਸ਼ਾਨ ਦੀ ਇੱਕ ਪ੍ਰਤੱਖ ਮਿਸਾਲ ਹੈ ਜਿਹੜਾ ਇਹ ਨਗਰ ਕੀਰਤਨ ਹੈ। ਲੱਖਾਂ ਦੀ ਗਿਣਤੀ ਵਿੱਚ ਇਕੱਠ ਇੱਥੇ ਸਾਡੇ ਪੋਲੀਟਿਕਸ ਦੇ ਵਿੱਚ ਜੋ ਸਾਡੇ ਸਿੱਖਾਂ ਨੇ ਪੰਜਾਬੀਆਂ ਨੇ ਮੱਲਾਂ ਮਾਰੀਆਂ ਨੇ, ਇਹ ਉਸ ਚੀਜ਼ ਦੀ ਚੜ੍ਹਦੀ ਕਲਾ ਦੀ ਪ੍ਰਤੱਖ ਨਿਸ਼ਾਨੀ ਆ, ਅਤੇ ਸਾਨੂੰ ਗੁਰੂ ਸਾਹਿਬ ਦੇ ਬਚਨਾਂ 'ਤੇ ਚੱਲਦੇ ਹੋਏ ਇਹ ਹੋਰ ਵੀ ਅੱਗੇ ਵਧਣਾ ਚਾਹੀਦਾ ਅਤੇ ਆਪਣੇ ਜੀਵਨ ਨੂੰ ਭਲਾ ਸਫਲਾ ਬਣਾਉਣਾ ਚਾਹੀਦਾ। ਤਾਂ ਪਹਿਲੀ ਗੱਲ ਤਾਂ ਸਭ ਨੂੰ ਖਾਲਸਾ ਪੰਥ ਦੀਆਂ ਬਹੁਤ ਬਹੁਤ ਵਧਾਈਆਂ ਹੋਣ, ਅਤੇ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਪੈਸ਼ਲ ਕੁੜਤਾ ਪਜਾਮਾ ਪਾਇਆ ਪ੍ਰੈਸ ਪ੍ਰੁਸ ਕਰਕੇ, ਹੈ ਨਾ, ਨਗਰ ਕੀਰਤਨ ਦੇਖਣ ਆਇਓ, ਕਿਵੇਂ ਦਾ ਲੱਗਦਾ? ਕਿਉਂਕਿ ਸਰੀ ਦਾ ਜਿਹੜਾ ਮੌਸਮ ਹੈ ਉਹ ਇਹੋ ਜਿਹਾ, ਜ਼ਿਆਦਾਤਰ ਮੌਕਾ ਹੀ ਨਹੀਂ ਮਿਲਦਾ ਸੂਟ ਪਾਉਣ ਦਾ ਜਾਂ ਫਿਰ ਕਹਿ ਲਓ ਕੁੜਤੇ ਪਜਾਮੇ ਪਾਉਣ ਦਾ। ਅੱਜ ਤਾਂ ਮੌਕਾ ਹੀ ਇਹੋ ਜਿਹਾ ਵੀ ਭਲਾ ਜਿੰਨੀ ਮਰਜ਼ੀ ਠੰਡ ਹੋਵੇ ਅਤੇ ਅੱਜ ਆਪਦਾ ਟ੍ਰੈਡੀਸ਼ਨਲ ਜਿਹੜੀ ਡਰੈਸ ਆ ਉਹਦੇ ਵਿੱਚ ਬੰਦਾ ਰਹੇ ਠੀਕ ਵਧੀਆ ਲੱਗਦਾ। ਹਾਂ ਹੈਗੀ ਹੈ, ਮਨ ਦੇ ਥੋੜ੍ਹੀ ਠੰਡ ਹੈਗੀ ਆ, ਪਰ ਨਹੀਂ ਲੱਗ ਰਹੀ ਕਿਉਂਕਿ ਅੱਜ ਸੰਗਤ ਦਾ ਉਤਸ਼ਾਹ ਹੀ ਇੰਨਾ ਅਤੇ ਉਹਦੇ ਵਿੱਚ ਬਸ ਬਹੁਤ ਵੀ ਮਜ਼ਾ ਹੀ ਆ ਰਿਹਾ ਹੈਗਾ। ਜਿਵੇਂ ਠੰਡ ਦਾ ਤਾਂ ਕੋਈ ਵੀ ਅਸਰ ਹੀ ਨਹੀਂ ਹੈਗਾ, ਅੱਜ ਇੱਦਾਂ ਲੱਗ ਰਿਹਾ ਵੀ ਜਿਵੇਂ ਪੋਹ ਮਾਘ ਦੀਆਂ ਹੁੰਦੇ ਆ, ਜੇਠ ਹਾੜ ਦੀਆਂ ਧੁੱਪਾਂ ਲੱਗੀਆਂ ਹੋਣ ਅਤੇ ਉਦੋਂ ਗਰਮੀ ਨਹੀਂ ਹੁੰਦੀ, ਉਹੀ ਜਮ੍ਹਾਂ ਫੀਲ ਹੋ ਰਹੀ ਹੈ ਇੱਥੇ ਵੀ। ਅੱਛਾ, ਇਹ ਦੱਸੋ ਵੀ ਸਟੂਡੈਂਟ ਹੋ ਤੁਸੀਂ? ਹਾਂਜੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।